ਇਹ ਗੱਲ ਸਤਸੰਗ ਜੀ ਕਈ ਲੋਕ ਪੁੱਛਦੇ ਨੇ ਅੱਜ ਕੱਲ੍ਹ, ਮੈਨੇ ਵੀ ਪੁੱਛਿਆ ਸੀ, ਪਰ ਮੈਂ ਚੰਗਾ ਇਨਸਾਨ ਨਹੀਂ ਬਣ ਸਕਦਾ। ਨਾਮ ਵੀ ਜ਼ਰੂਰੀ ਹੈ ਨਾ, ਚਲੋ ਨਾਮ ਛੱਡੋ, ਸਭ ਸੁਰੂ ਥੋੜ੍ਹਾ ਜ਼ਰੂਰੀ ਹੈਗਾ। ਟੂ ਹੈਵ ਟੂ ਕੀਪ ਮਾਈ ਕੇਸ, ਵਾਈ ਕੈਨ ਆਈ ਬੀ ਅ ਗੁੱਡ ਹਿਊਮਨ ਬੀਂਗ, ਆਈ ਡੂ ਐਜ਼ ਪੀਪਲ ਸੇ, ਆਈ ਡੂ ਮਾਈ ਪਾਰਟ, ਆਈ ਬੀ ਅ ਨਾਈਸ ਪਰਸਨ। ਕਈ ਲੋਕ ਕੇਸ ਰੱਖ ਕੇ ਵੀ ਮਾੜੇ ਕੰਮ ਕਰਦੇ ਨੇ, ਅਤੇ ਸਾਡਾ ਕੁਛ ਨਹੀਂ ਹੋਏਗਾ। ਸੀ ਪੀਪਲ ਆਰ ਟ੍ਰਾਈਂਗ ਟੂ ਫਾਈਂਡ ਦ ਬੈਸਟ ਟੂ ਗੈਟ ਆਊਟ ਆਫ ਦ ਹੋਲ ਸਿਸਟਮ। ਵਟਸ ਹੈਪਨਿੰਗ ਹੇ ਸਤਸੰਗ ਜੀ, ਕੰਪੈਰੀਸਨ ਹੋ ਰਹੀ ਹੈਗੀ ਹੈ, ਕੇਸ ਅਤੇ ਬਿਨਾਂ ਕੇਸ, ਅਤੇ ਚੰਗਾ ਅਤੇ ਮਾੜਾ। ਇਹਨੂੰ ਸਕੁਏਅਰ ਵਿੱਚ ਪਾ ਦੋਗੇ ਨਾ, ਇੱਥੇ ਕੇਸ, ਇੱਥੇ ਬਿਨਾਂ ਕੇਸ, ਇੱਥੇ ਚੰਗਾ, ਇੱਥੇ ਮਾੜਾ, ਅਤੇ ਇੱਕ ਸਕੁਏਅਰ ਬਣ ਜਾਣਾ। ਜਿਹੜੇ ਲੋਕ ਮਾੜੇ ਨੇ ਅਤੇ ਕੇਸ ਨਹੀਂ, ਅਤੇ ਜਿਹੜੇ ਲੋਕ ਮਾੜੇ ਨੇ ਅਤੇ ਕੇਸ ਹਨ, ਉਹਨਾਂ ਦੇ ਵਿੱਚੋਂ ਕਿਹੜਾ ਮਾੜਾ ਨਿਕਲਿਆ? ਜਿਹੜਾ ਕੇਸ ਵੀ ਰੱਖਦਾ ਅਤੇ ਮਾੜਾ ਕੰਮ ਵੀ ਕਰਦਾ, ਕਿਉਂਕਿ ਉਹ ਸਾਰੀ ਬੇਅਦਬੀ ਕਰ ਰਿਹਾ ਗੁਰੂ ਰੂਪ ਦੀ। ਜਿਹੜਾ ਮਾੜਾ ਹੀ ਹੈਗਾ ਅਤੇ ਮਾੜੇ ਦੇਖਦਾ ਕੇਸ ਵੀ ਰੱਖਦਾ, ਤਾਂ ਉਹ ਫਿਰ ਠੀਕ ਹੈ, ਜਿੱਦਾਂ ਪਟੈਂਡਿੰਗ ਵਿਖੀ, ਉਹ ਕੋਈ ਝੂਠਾ ਸਿੱਖ ਨਹੀਂ। ਹੁਣ ਜਿਹੜਾ ਚੰਗਾ ਆ ਅਤੇ ਕੇਸ ਰੱਖ ਰਿਹਾ, ਅਤੇ ਜਿਹੜਾ ਚੰਗਾ ਆ ਜਿਹੜਾ ਕੇਸ ਨਹੀਂ ਰੱਖ ਰਿਹਾ, ਉਹ ਇਹਦੇ ਵਿੱਚ ਕਿਹੜਾ ਚੰਗਾ? ਜਿਹੜਾ ਕੇਸ ਰੱਖ ਰਿਹਾ ਓਬਵੀਅਸਲੀ, ਕਿਉਂਕਿ ਉਹ ਚੰਗਾ ਵੀ ਹੈ, ਅਤੇ ਨਾਲ ਨਾਲ ਜਦੋਂ ਵੀ ਉਹ ਕੋਈ ਚੰਗਾ ਕਰਦਾ ਆ, ਅਤੇ ਲੋਕ ਸਿਰਫ ਉਹਦੀ ਤਾਰੀਫ ਨਹੀਂ ਕਰਦੇ, ਉਹ ਸਿੱਖਾਂ ਦੀ ਤਾਰੀਫ ਕਰਦੇ ਨੇ, ਉਹ ਗੁਰੂ ਦੀ ਤਾਰੀਫ ਕਰਦੇ ਨੇ, ਕਹਿੰਦੇ ਵਾਹ ਇੰਦਾ ਹੁੰਦਾ ਸੀ ਕਿ ਸਿੱਖ। ਉੱਥੇ ਉਹਦਾ ਅਹੰਕਾਰ ਕੱਟ ਗਿਆ, ਕੋਈ ਸਿੱਖੀ ਨੂੰ ਸਾਰਾ ਮਾਨ ਮਿਲ ਰਿਹਾ। ਦੇਖੋ ਇਹ ਪੰਕਤੀ 'ਚ ਆਉਂਦਾ ਨਾ ਬਾਣੀ 'ਚ, ਇਹ ਪੰਕਤੀ ਹੈਗੀ ਹੈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਅਸੀਂ ਕੋਈ ਚੰਗਾ ਕਰੀਏ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਅਤੇ ਇਹ ਹੋ ਰਿਹਾ ਇੱਥੇ। ਅਤੇ ਜੇ ਸਿੱਖਾਂ ਨੇ ਕਰਨਾ ਹੈ ਕਿ ਚੰਗੇ ਕੰਮ ਵੀ ਕਰਨੇ ਹੈ, ਅਤੇ ਸਾਫ ਵਸੂਲ ਵੀ ਰੱਖਣੀ ਹੈ, ਇਹਦੇ ਨਾਲ ਸਾਡਾ ਹੰਕਾਰ ਡਾਊਨ ਹੋਏਗਾ, ਅਤੇ ਗੁਰੂ 'ਤੇ ਦਾ ਮਾਨ ਉੱਚਾ ਹੋਵੇਗਾ। ਅਤੇ ਕੰਪੈਰੀਸਨ ਨਹੀਂ ਹੈਗਾ ਕਿ ਤੁਸੀਂ ਬਸ ਦੋ ਚੁਣ ਲਓ ਉਹਦੇ ਵਿੱਚੋਂ, ਇੱਕ ਮਾੜਾ ਕੇਸ ਕੇਸ ਵੀ ਰੱਖਦਾ ਹੈ, ਅਤੇ ਇੱਕ ਚੰਗਾ ਕੇਸ ਵੀ ਰੱਖਦਾ ਹੈ, ਉਹ ਕੰਪੈਰੀਸਨ ਨਹੀਂ ਬਣਦੀ, ਸਕੁਏਅਰ ਬਣਦਾ ਹੈ। ਸੋਰੀ ਟੂ ਸੇ, ਇਟਸ ਲੋਜਿਕ, ਠੀਕ ਹੈ ਨਾ। ਅਤੇ ਗੁਰੂ ਸਾਹਿਬ ਦਾ ਹੁਕਮ ਵੀ ਹੈਗਾ, ਮਾਤ ਕਹਿੰਦੇ ਕੇਸ ਰੱਖਣੇ ਇਹ ਗੁਰੂ ਦੀ ਮੋਹਰ ਹੈ। ਸਟੈਂਪ ਦੇਖ ਲਓ ਸਤਸੰਗ ਜੀ, ਤੁਹਾਡੇ ਕੋਲ ਸੋਨਾ ਵੀ ਹੋਵੇ, ਸਿੱਕਾ ਵੀ ਹੋਵੇ, ਉਹਨੂੰ ਤੁਸੀਂ ਫਾਇਲ ਲੈ ਕੇ ਨਾ ਫਾਇਲ ਕਰ ਦਿਓ, ਅਤੇ ਦੇਖਦਾ ਨਹੀਂ ਹੈ ਕੀ ਸਿੱਕਾ ਹੈ ਨਾ, ਰੁਪਏ ਦਾ, ਪੰਜ ਰੁਪਏ ਜੋ ਵੀ ਹੈ, ਉਹਨੂੰ ਫਾਇਲ ਕਰ ਦਿਓ, ਦੇਖਦਾ ਨਹੀਂ ਕੀ ਹੈ। ਜਾ ਕੇ ਦਿਓ ਸ਼ੋਪਕੀਪਰ ਨੂੰ, ਕਹੋ ਪੈਸਾ ਹੈ, ਕਹਿੰਦਾ ਲਿਖਿਆ ਨਹੀਂ, ਕਹਿੰਦਾ ਨਹੀਂ ਸਿੱਕਾ ਮੈਂ ਫਾਇਲ ਕਰਦਾ, ਉਹ ਹੀ ਹੈ, ਕਹਿੰਦਾ ਨਹੀਂ ਯਾਰ ਇਹਨੂੰ ਅਸੀਂ ਐਕਸੈਪਟ ਨਹੀਂ ਕਰਾਂਗੇ, ਪ੍ਰਵਾਨ ਨਹੀਂ ਕਰਾਂਗੇ। ਅਤੇ ਕੇਸ ਸਿੱਖ ਦੇ ਮੋਹਰ ਨੇ, ਸਟੈਂਪ ਲੱਗ ਗਿਆ ਗੁਰੂ ਸਾਹਿਬ ਦਾ ਕਿ ਮੇਰਾ ਸਿੱਖ ਹੈ, ਹੈ ਨਾ। ਅਤੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਆਪਾਂ ਕੇਸ ਰੱਖਣੇ ਕਰਾਂਗੇ, ਇਹ ਮੋਹਰ ਆ ਗਿਆ, ਸੁਣੋ ਰੇ ਪਿਆਰੇ, ਬਿਨਾਂ ਕੇਸ ਤੇਗੰ ਦਿਉ ਨਾ ਦਿਦਾਰੇ। ਹੁਣ ਇਹ ਹੋ ਸਕਦਾ ਔਖਾ ਲੱਗੇ, ਤਿੱਖਾ ਲੱਗੇ, ਕਿ ਗੁਰੂ ਸਾਹਿਬ ਨੇ ਹੁਕਮ ਕਰਤਾ ਕਿ ਜੇ ਪਲੀਜ਼ ਇਹ ਆਗਿਆ ਹੈ ਗੁਰੂ ਸਾਹਿਬ ਦੀ ਕਿ ਬਿਨਾਂ ਸ਼ਸਤਰ ਅਤੇ ਕੇਸ ਅੱਗੇ ਵੀ ਨਾ ਆਓ, ਔਖਾ ਹੈ ਨਾ ਹੁਕਮ। ਹੁਣ ਗੁਰੂ ਸਾਹਿਬ ਖੁਸ਼ ਵੀ ਹੁੰਦੇ ਨੇ ਕਿ ਆਪਾਂ ਕੇਸ ਅਤੇ ਕਿਰਪਾਨ ਪਾ ਕੇ ਆਏ, ਕਹਿੰਦਾ ਆ ਮੇਰਾ ਮੇਰਾ ਸਿੱਖ ਮੇਰੀ ਗੱਲ ਮੰਨ ਰਿਹਾ, ਹੈ ਨਾ, ਮੇਰੇ ਪਿਆਰੇ ਨੂੰ ਬੇਨਤੀ ਹੋ ਰਹੀ ਹੈ। ਜਿਹੜੇ ਪਿਆਰ ਰੱਖਦੇ ਗੁਰੂ ਸਾਹਿਬ ਦੇ ਨਾਲ, ਅਤੇ ਪਿਆਰ ਕਿਵੇਂ ਖੇਡਦੇ ਸਿੱਖੀ ਵਿੱਚ, ਪਿਆਰ ਦੀ ਖੇਡ ਸਿਰ ਦੇਹ ਨਾਲ ਹੁੰਦੀ ਹੈਗੀ ਹੈ, ਉਹਦੇ ਬਗੈਰ ਪਿਆਰ ਦੀ ਖੇਡ ਨਹੀਂ ਹੋਈ ਸ਼ੁਰੂ। ਪਿਆਰ ਇਨ ਸਿੱਖੀ ਇਸ ਅਨਕੰਡੀਸ਼ਨਲ ਸਰੈਂਡਰ ਟੂ ਦ ਗੁਰੂਜ਼ ਵਿਲ, ਦੈਟ ਇਜ਼ ਅ ਪਿਆਰ ਆਫ ਦ ਗੁਰੂ, ਐਂਡ ਵਟ ਇਜ਼ ਆ ਮੈਨ ਕਮ ਫਰੋਮ, ਰਹਿਤ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਗੁਰੂ ਲਾ ਸਾਹਿਬ ਲਵਸ ਦ ਵੇ ਦੈਟ ਵੀ ਲਿਸਨ ਐਂਡ ਫੋਲੋ ਇਜ਼ ਹੁਕਮ, ਨੋਟ ਜਸਟ ਹੂ ਵੀ ਸੇ ਵੀ ਆਰ, ਵਟ ਵੀ ਐਕਚੁਲੀ ਡੂ, ਦੈਟਸ ਵਾ ਪਿਆਰ ਟੂ ਦ ਗੁਰੂ, ਉਹਦੇ ਨਾਲ ਖੁਸ਼ ਹੁੰਦੇ ਨੇ। ਸੋ ਦਿਸ ਇਜ਼ ਵਟ ਵੀ ਸ਼ੁਡ ਟ੍ਰਾਈ ਡੂ, ਲਿਸਨ ਟੂ ਦ ਗੁਰੂਜ਼ ਹੁਕਮ। ਆਈ ਰਿਮੈਂਬਰ ਵੈਨ ਆਈ ਵਾਜ਼ ਅਬਾਊਟ 21, ਆਈ ਵਾਜ਼ ਵੈਰੀ ਪ੍ਰਾਊਡ ਆਫ ਮਾਈ ਲੁਕਸ, ਆਈ ਹੈਡ ਅ ਲਿਟਲ ਗੋਟੀ ਹੇਅਰ, ਓ ਸ਼ੇਵਡ, ਹੈਡ ਲਾਈਕ ਇਅਰਿੰਗਸ ਔਨ, ਮਾਈ ਹੇਅਰ ਵਾਜ਼ ਕਟ, ਐਂਡ ਆਈ ਵਾਜ਼ ਲੁਕਿੰਗ ਇਨ ਦ ਮਿਰਰ, ਐਂਡ ਆਈ ਹੈਡ 3 ਕੜੇ ਔਨ, 3 ਕੜੇ ਸੀਗੇ ਮੇਰੇ, ਕਿ ਮੈਂ ਸਿੱਖ ਹਾਂ, ਕੋਈ ਦੇਖਦਾ ਨਹੀਂ ਸੀਗਾ, ਅਤੇ ਮੈਂ ਕੜੇ ਜ਼ਿਆਦਾ ਪਾਤੇ ਕਿ ਮੈਂ ਸਿੱਖ ਹਾਂ। ਫਿਰ ਮੈਨੂੰ ਇੱਕ ਵਾਰੀ ਖਿਆਲ ਆਇਆ, ਗੁਰੂ ਤੇਗ ਬਹਾਦਰ ਜੀ ਜਿਸ ਵੇਲੇ ਦਿੱਲੀ ਸ਼ਹੀਦ ਹੋਏ ਸਨ, ਉਸ ਵੇਲੇ ਸਿੱਖਾਂ ਦੀ ਕੋਈ ਪਹਿਚਾਣ ਨਹੀਂ ਸੀਗੀ, ਸਿਰਫ ਭਾਈ ਮਤੀਦਾਸ, ਭਾਈ ਦਰੀਦਾਸ ਸਤੀਦਾਸ, ਮਤੀਦਾਸ ਸਤੀਦਾਸ ਅਤੇ ਭਾਈ ਦਿਆਲਾ ਜੀ ਖੜ੍ਹੇ ਹੋਏ ਸੀਗੇ, ਦੂਜੇ ਸਿੱਖ ਸਾਰੇ ਮੁੱਕਰ ਗਏ।
ਕਿ ਆਪਾਂ ਸਿੱਖ ਨਹੀਂ, ਅਸੀਂ ਮੰਨਣਾ ਨਹੀਂ। ਅਤੇ ਗੁਰੂ ਗੋਬਿੰਦ ਸਿੰਘ ਉਸ ਵੇਲੇ ਕਿਹਾ ਸੀ ਕਿ ਮੈਂ ਸਿੱਖ ਦੀ ਵੱਖਰੀ ਪਹਿਚਾਣ ਰੱਖਾਂਗਾ ਕਿ ਸਿੱਖ ਹਜ਼ਾਰਾਂ ਵਿੱਚੋਂ ਨਜ਼ਰ ਆਵੇ। ਗੁਰੂ ਸਾਹਿਬ ਸੈਡ ਲੈਟ ਦ ਸਿੱਖ ਸਟੈਂਡ ਆਊਟ ਸੋ ਨੋ ਵਨ ਕੈਨ ਸੀ ਮਿਸਟੇਕ ਹੂ ਇਜ਼ ਅ ਸਿੱਖ ਐਂਡ ਇਫ ਅ ਸਿੱਖ ਹੈਜ਼ ਟੂ ਬਿਕਮ ਸ਼ਹੀਦ ਦੈਨ ਅ ਸਿੱਖ ਇਜ਼ ਦੇਅਰ ਟੂ ਬੀ ਸੀਨ। ਹੁਣ ਅਸੀਂ ਏਅਰਪੋਰਟ 'ਤੇ ਆਏ, ਖੜ੍ਹੇ ਹੋਏ ਬਾਹਰ, ਸੋਚਦੇ ਕਿੱਥੇ ਬਈ ਸਿੰਘ, ਲੈਫਟ ਦੇਖਿਆ ਦੋ ਸਿੰਘ ਖੜ੍ਹੇ ਨੇ, ਉੱਥੇ ਚਲੇ ਗਏ, ਉਹੀ ਹੋਣਗੇ। ਸਿੱਖਾਂ ਦੀ ਪਹਿਚਾਣ ਹੈ, ਲੱਖਾਂ ਵਿੱਚ ਪਹਿਚਾਣ ਹੈਗੀ ਸਾਡੀ। ਅਤੇ ਸਤਸੰਗ 'ਚ ਇਹੀ ਗੱਲ ਹੈਗੀ ਹੈ ਕਿ ਮਹਾਰਾਜ ਸਾਨੂੰ ਹੁਕਮ ਦਿੱਤਾ ਕਿ ਬਈ ਦੇਖੋ ਵੱਖਰੇ, ਹੈ ਨਾ, ਨਜ਼ਰ। ਇਹ ਗੁਰੂ ਸਾਹਿਬ ਦਾ ਹੁਕਮ ਹੈ ਅਤੇ ਆਪਾਂ ਉਹਨੂੰ ਟਾਲਣਾ ਨਹੀਂ। ਮਹਾਰਾਜ ਲਵਸ ਅਸ ਟੂ ਸਟੈਂਡ ਆਊਟ, ਵੇ ਮੇਡ ਟੂ ਸਟੈਂਡ ਆਊਟ ਐਂਡ ਆਈ ਲੁੱਕਡ ਐਟ ਮਾਇਸੈਲਫ ਇਨ ਦ ਮਿਰਰ ਐਂਡ ਆਈ ਸੈਡ ਤੇਰੀ ਕਿਹੜੀ ਪਛਾਣ ਹੈ? ਘੱਟ ਤੋਂ ਘੱਟ ਪੱਗ ਤੋਂ ਰੱਖ ਲਏ, ਕੇਸ ਤੋਂ ਰੱਖ ਲਏ ਸਿਰ 'ਤੇ। ਅਤੇ ਫਿਰ ਮੈਂ ਸਟੈਪ ਕੀਤਾ ਕਿ ਮੈਂ ਕੇਸ ਰੱਖਾਂਗਾ, ਅਤੇ ਦਾੜੀ ਵੈਸੇ ਮੈਂ ਡਰਦਾ ਸੀਗਾ, ਅਤੇ ਮੈਂ ਸਿਰ ਦੇ ਕੇਸ ਰੱਖ ਲਿੱਤੇ। ਦੈ ਲਾਸਟ ਅਬਾਊਟ 2 ਮੰਥਸ ਐਨਾ ਟੂ ਕਮ ਰਿਥ ਬ ਇੰਨੇ ਇੱਕ ਵੇਲੇ ਮੈਨੂੰ ਇਹ ਸਮਝ ਆ ਗਈ ਵੀ ਸਾਡੀ ਕੋਈ ਵੱਖਰੀ ਪਛਾਣ ਹੈ। ਅਤੇ ਸਿਰਫ ਇਹ ਨਹੀਂ ਪਤਾ ਸੀਗਾ ਕਿ ਬਈ ਦਾੜੀ ਕਿਉਂ ਜ਼ਰੂਰੀ, ਅੰਮ੍ਰਿਤ ਕਿਉਂ ਜ਼ਰੂਰੀ, ਪਰ ਇਹ ਤਾਂ ਪਤਾ ਲੱਗ ਗਿਆ ਕਿ ਬਈ ਸਾਡੀ ਪਛਾਣ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਪਹਿਚਾਣ ਹੋ ਗਈ ਇੱਕ ਗੱਲ, ਉਸ ਤੋਂ ਬਾਅਦ ਸਮਝ ਆਇਆ ਵੀ ਹੁਕਮ ਮੰਨਣਾ ਜ਼ਰੂਰੀ ਹੈ। ਸਿਰ ਦੇਣਾ ਹੈ, ਰੱਖਣਾ ਨਹੀਂ, ਦੇਣ ਵਾਸਤੇ ਬਣਿਆ, ਰੱਖਣ ਵਾਸਤੇ ਨਹੀਂ ਬਣਿਆ। ਰੱਖੋਗੇ ਤਾਂ ਡੁੱਬੋਗੇ, ਦਿਓਗੇ ਤਾਂ ਤਰੋਗੇ। ਇੰਨੀ ਇੱਕ ਸਿੰਪਲ ਗੱਲ ਹੈਗੀ ਹੈ, ਸਿਰ ਰੱਖਣ ਵਾਸਤੇ ਨਹੀਂ ਬਣਿਆ, ਇਹ ਦੇਣ ਵਾਸਤੇ ਬਣਿਆ। Think another thing as well here, it says, is it only about being a good human? You've got to see where you're getting your different definition of a good human. ਕਿਹੜੀ ਪੱਖੋਂ ਆਪਾਂ ਦੇਖਦੇ ਕਿਹੜਾ ਕੌਣ ਚੰਗਾ ਇਨਸਾਨ ਆ? ਕਿਉਂਕਿ ਜਿਹੜੇ ਸ਼ਰਾਬ ਪੀਂਦੇ ਆ ਉਹਨੂੰ ਲੱਗਦਾ ਜਿਹੜੇ ਹੋਰ ਮੇਰੇ ਜ਼ਿਆਦਾ ਮੇਰੇ ਨਾਲੋਂ ਜ਼ਿਆਦਾ ਪੀ ਸਕਦਾ ਉਹ ਮੇਰੇ ਨਾਲੋਂ ਅੱਛਾ ਆ, ਉਹ ਬਹੁਤ ਵਧੀਆ। How are we defining what a good person is? So Guru Sahib gives us our definition. For a Sikh, jo kish kare so prab keh rang. So everything that we want to do, we want to do it in our, through our Guru's eyes. Apo Guru di pakho sara kuch dekhna. So if Guru is telling us that this is what a good insan is, along with their karma and what they do as well, then we must follow the orders of the Guru. And I know for touching on the subject, and I know for Bibi, it can be very difficult to keep Sabat Surat. But even for us as the daughters of Guru Gobind Singh, we must keep them from our head to our toes. So everything that we want to do, we want to do it in our, through our Guru's eyes. Apo Guru di pakho sara kuch dekhna. So if Guru is telling us that this is what a good insan is, along with their karma and what they do as well, then, so we can't, again, it comes to playing chilakiya. We can't do chilakiya with Guru Sahib. If we're going to do chilaki, apne aap nu apa thak deya. We can't thak the Guru. Aap gawaiye, taan soh paiye. ਔਰ ਕੈਸੀ ਚਤੁਰਾਈ, ਚਤੁਰਾਈ ਸਾਰੇ ਕਰ ਰਹੇ ਨੇ, ਪਰ ਆਪਣੇ ਆਪ ਨੂੰ ਗਵਾਉਣ ਵਾਸਤੇ ਨਹੀਂ ਖੜ੍ਹੇ, ਆਪਣੇ ਆਪ ਰੱਖਣ ਵਾਸਤੇ ਬੈਠੇ ਨੇ। ਸਿਰ ਰੱਖਣਾ ਹੈ, ਦੇਣਾ ਨਹੀਂ। ਮੈਂ ਕਹਿੰਦੇ ਆਪ ਗਵਾਈ ਹੈ ਤਾਂ ਸੋਹ ਪਾਈ ਹੈ, ਔਰ ਕੈਸੀ ਚਤੁਰਾਈ, ਹਾਊ ਕਲੇਵਰ ਵੀ ਕੈਨ ਟ੍ਰਾਈ ਐਂਡ ਬੀ ਵਿਦ ਆਵਰ ਸੈਲਵਸ, ਦੇਰ ਇਜ਼ ਨੋ ਅਦਰ ਵੇ ਬਟ ਟੂ ਗਿਵ ਅਪ ਦ ਈਗੋ।